ਵੀ ਇਹ ਮਾੜੇ ਵਾਹਨ ਦੇ ਵਿੱਚ ਹੀ ਕਾਮਯਾਬ ਹੈ ਜਾਂ ਆਪਾਂ ਕਿਸੇ ਵੀ ਵਾਹਨ ਦੇ ਵਿੱਚ ਲਾ ਸਕਦੇ ਹਾਂ? ਇਹ ਬਈ ਦੇਖੋ ਵਧੀਆ ਵੈਰਾਈਟੀ ਹੈ ਇਹ, ਕੋਈ ਇਹੋ ਜਿਹੀ ਗੱਲ ਨਹੀਂ। ਮੇਰੇ ਆਹ ਵਾਹਨ ਹਜੇ ਜੀਰੀ ਲੱਗਦੇ ਨੂੰ ਕੁਛ ਸਾਲ ਹੋਏ ਨੇ। ਆਹ ਦੇਖ ਲਓ ਪਿੱਛੇ ਦਿਖਾ ਸਕਦੇ ਤੁਸੀਂ, ਟਿੱਬੇ ਨੇ ਪਿੱਛੇ ਆਪਣੇ, ਪਿੱਛੇ ਟਿੱਬੇ ਨੇ। ਹਾਂ ਟਿੱਬੇ ਨੇ, ਕੋਈ ਬਾਹਲਾ ਵਧੀਆ ਐਡਾ ਵਾਹਨ ਨਹੀਂ ਹੈਗਾ। ਹਾਂ ਵੀ ਵਾਹਨ ਕੋਈ ਜ਼ਿਆਦਾ ਤਕੜਾ, ਹਾਂ ਵੀ ਜ਼ਿਆਦਾ ਕੋਈ ਨਹਿਰ ਦਾ ਪਾਣੀ ਨਹੀਂ ਪੈਂਦਾ ਇਹ 'ਚ, ਮੋਟਰ ਦੇ ਪਾਣੀ ਨਾਲ ਹੀ ਪੁੱਗ ਰਹੀ ਇਹ। ਵਧੀਆ ਦੇਖੋ ਕਾ ਹਾਈਟ ਹੂਟ ਵਧੀਆ ਹੈਗੀ, ਸਾਰਾ ਕੁਛ ਬਈ ਇਹਦਾ ਵਧੀਆ ਹੈਗਾ, ਜਿਸ ਤੱਕ ਆਪਾਂ ਕਹਿ ਸਕਦੇ ਹਾਂ ਜੀੜੀ 'ਚ ਕੋਈ ਫੋਕ। ਖੇਤੀ ਤੇ ਹੈਗੀ ਵੀ ਆਪਣੇ ਪਿੰਡ ਸੋਮ ਨੇ ਆਪਣੇ ਖੇਤ ਦੇ ਵਿੱਚ ਅਜਿਹੀ ਵਰਾਇਟੀ ਲਾਈ ਹੋਈ ਹੈਗੀ ਵੀ ਉਸ ਬਾਈ ਨੇ, ਬਹੁਤ ਚਰਚਾ ਹੋ ਰਹੀ ਹੈ ਵਰਾਇਟੀ ਦੀ, ਅਤੇ ਬਾਈ ਨੇ ਉਸਦੇ ਉੱਪਰ ਇੱਕ ਸਪਰੇਅ ਕਰੀ ਹੈ ਅਤੇ ਖਰਚਾ ਵੀ ਬਹੁਤ ਜ਼ਿਆਦਾ ਘੱਟ ਆਇਆ। ਅਤੇ ਆ ਜੋ ਆਪਾਂ ਸੋਮ ਦੇ ਖੇਤ ਪਹੁੰਚਿਆਂਗੇ ਅਤੇ ਬਾਈ ਨੂੰ ਪੁੱਛਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂਗੇ ਵੀ ਕਿਹੜੀ ਵਰਾਇਟੀ ਹੈ ਅਤੇ ਕਿੰਨਾ ਖਰਚਾ ਆਏਗਾ ਅਤੇ ਕਿੰਨਾ ਟਾਈਮ ਲੈਂਦੀ ਹੈਗੀ। ਅਤੇ ਆ ਜੋ ਆਪਾਂ ਬਾਈ ਨੂੰ ਪੁੱਛਦੇ ਹਾਂ ਅਤੇ ਉਸ ਤੋਂ ਜਾਣਕਾਰੀ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਸੋਮ। ਸਤਿ ਸ਼੍ਰੀ ਅਕਾਲ ਬਾਈ, ਕੀ ਹਾਲ ਨੇ ਜਿੰਦਰ? ਠੀਕ ਹੈ, ਹੋਰ ਵਧੀਆ ਸੈੱਟ ਹੈ? ਐਨ ਸਭ ਠੀਕ ਠਾਕ ਬਾਈ। ਅਤੇ ਬਾਈ ਸੋਮ, ਆਪਾਂ ਨੇ ਜਿਵੇਂ ਆਪਣੇ ਕੋਈ ਵਰਾਇਟੀ ਲਾਈ ਹੋਈ ਹੈ, ਪੂਰੀ ਚਰਚਾ ਹੋ ਰਹੀ ਹੈ ਪਿੰਡ ਦੇ ਵਿੱਚ ਵੀ ਸੋਮ ਨੇ ਵਧੀਆ ਵਰਾਇਟੀ ਲਾਈ ਹੈ ਵੀ ਖਰਚਾ ਘੱਟ ਲੈਂਦੀ ਹੈਗੀ, ਅਤੇ ਉਹ ਵਰਾਇਟੀ ਬਈ ਆਪਾਂ ਨੇ ਕਿਹੜੀ ਵਰਾਇਟੀ ਹੈ ਉਹ? ਇਹ ਬਈ ਸੁਪਰੀਮ 110 ਆ ਗਈ। ਠੀਕ ਹੈ ਜੀ। ਹਾਂ ਇਹ ਵਰਾਇਟੀ ਹੈ ਸੁਪਰੀਮ 110, ਵਧੀਆ ਵਰਾਇਟੀ ਹੈ ਬਾਈ। ਠੀਕ ਹੈ ਬਾਈ। ਅਤੇ ਆਪਾਂ ਨੂੰ ਇਹ ਸਮਝ ਲਓ ਵੀ ਪਹਿਲਾਂ ਇਹਦੇ ਲਾਏ ਸੀ 2 ਕੁ ਕਿੱਲੇ ਪਿਛਲੇ ਸਾਲ। ਠੀਕ ਹੈ ਜੀ। ਅਤੇ ਐਗਤੀ ਨੇ ਇਹਦੇ 10 ਕੁ ਕਿੱਲੇ ਬਾਈ। ਠੀਕ ਹੈ ਬਾਈ। ਹਾਂ ਆਪਾਂ ਨੂੰ ਵੀ ਵਧੀਆ ਠੀਕ ਲੱਗਿਆ ਇਹ। ਅਤੇ ਵੀ ਮੰਨ ਲਓ ਆਪਾਂ ਨੇ ਪਹਿਲੇ ਸਾਲ 2 ਕਿੱਲੇ ਲਾ ਕੇ ਆਪਾਂ ਨੇ ਰਿਜ਼ਲਟ ਦੇਖ ਰਹੇ, ਟ੍ਰਾਇਲ ਹੀ ਲਿਆ ਸੀ। ਹਾਂ ਟ੍ਰਾਇਲ ਲਿਆ ਸੀ ਬਾਈ ਪਿਛਲੇ ਸਾਲ, ਕਿਉਂਕਿ ਆਪਾਂ ਜਦੋਂ ਵੀ ਕੋਈ ਨਵਾਂ ਬੀਜ ਆਉਂਦਾ ਮਾਰਕੀਟ 'ਚ, ਆਪਾਂ ਵਿੱਚ ਉਹਨੂੰ ਦੇਖਣਾ ਚਾਹੀਦਾ ਵਿੱਚ ਜ਼ਿਮੀਦਾਰ ਕੀ ਕਰਦੇ ਨੇ। ਪਹਿਲੀ ਕਾਫੀ ਵਾਹਣ ਲਾ ਲੈਂਦੇ ਨੇ, ਕੋਈ ਵੀ ਵਧੀਆ ਨਿਕਲ ਆਉਂਦਾ ਕੋਈ ਮਾੜਾ ਨਿਕਲ ਆਉਂਦਾ, ਜਿਹਦੇ ਕਾਰਨ ਜ਼ਿਮੀਦਾਰ ਕੋਈ ਕਹਿੰਦਾ ਲੋਸ ਬਹੁਤ ਝੱਲਣਾ ਪੈ ਜਾਂਦਾ ਗਾ। ਅਤੇ ਬਾਕੀ ਠੇਕੇ ਠੁੱਕੇ ਦੇ ਵਾਹਣ ਹੁੰਦਾ ਬਾਈ, ਤੁਹਾਨੂੰ ਪਤਾ ਹੀ ਆ ਫਿਰ। ਦੂਸਰੇ ਸਾਲ ਲਾਈ ਹੈ ਇਹ ਬਾਈ? ਆਪਣਾ ਦੂਜਾ ਸਾਲ ਹੈਗਾ। ਠੀਕ ਹੈ ਜੀ। ਆਪਾਂ ਨੇ 10 ਕਿੱਲੇ ਲਾਏ ਨੇ ਇਹਦੇ ਬਾਈ, ਉਹ ਦੇਖੋ ਦਿਖਾ ਦੇ ਬਾਈਆਂ ਨੂੰ, ਸਾਰੀ ਖੜੀ ਆ ਬਾਈ ਇੱਕ ਸਾਰ, ਇਹਦਾ ਮੇਨ ਇੱਕ ਸਾਰ ਖੜੀ ਆ, ਬਹੁਤ ਸੋਹਣੀ ਜੀਰੀ ਹੈਗੀ। ਠੀਕ ਹੈ ਜੀ। ਹਾਂ ਤੇ ਬਾਈ ਇਹਦੀ ਜਿਵੇਂ ਪੀਲੀ ਊਸ਼ਾ ਆਪਾਂ ਲਾਉਂਦੇ ਆ, ਮੰਨ ਲਓ ਵੀ ਅਗੇਤੀ ਲਾਉਣੀ ਪੈਂਦੀ ਹੈਗੀ। ਹਾਂਜੀ ਅਗੇਤੀਆਂ ਨੇ। ਤੇ ਬਾਈ ਇਹ ਫਿਰ ਇਹਦੀ ਸਟਾਰਟਿੰਗ ਕਦੋਂ ਹੁੰਦੀ ਹੈ, ਜਿਹੜੀ ਸੁਪਰੀਮ ਤੁਸੀਂ ਕਹਿ ਰਹੇ ਹੋ ਸੁਪਰੀਮ 110? ਬਾਈ ਇਹ ਪੌਦ ਤੋਂ ਲੈ ਕੇ ਆਪਣਾ ਵੀ ਵੱਢਣ ਤੱਕ ਇਹਦਾ 150 ਦਿਨ ਦਾ ਉਹ ਹੈਗਾ ਟਾਈਮ ਆ ਇਹਦਾ, ਪਨੀਰੀ ਸਿੱਟਣ ਤੋਂ ਲੈ ਕੇ ਹਾਂ ਵੱਢਣ ਤੱਕ 150 ਦਿਨ ਦਾ। ਹਾਂ 150 ਦਿਨ। ਹਾਂ 150 ਦਿਨ ਲੈਂਦੀ ਹੈ ਬਾਈ ਇਹ। ਠੀਕ ਹੈ ਜੀ। ਤੇ ਆਪਾਂ ਐਂ ਸੋਚ ਲਓ ਵੀ ਇਹਦੀ ਜਿਹੜੀ ਪਨੀਰੀ ਅਸਲ ਜੇ ਆਪਾਂ ਤਾਂ ਵਧੀਆ ਝਾੜ ਲੈਣਾ ਗਾ, ਛੇਵੇਂ ਦੀ ਇੱਕ ਉਹਦੀ ਆਪਣੀ ਕੀ ਕਹਿੰਦੇ ਨੇ, ਛੇਵੇਂ ਦੀ 1 ਤਰੀਕ ਤੋਂ ਹੰਡਾਈ ਜਾਂਦੀ ਹੈ ਬਾਈ ਦੀ ਪਨੀਰੀ। ਅੱਛਾ ਵੀ 6 ਮਹੀਨੇ ਦੀ 1 ਤਰੀਕ ਤੋਂ ਪਨੀਰੀ ਸਿੱਟੀ ਜਾਂਦੀ ਹੈ। ਹਾਂ ਤੇ ਉਦੋਂ ਬਾਅਦ ਆਪਾਂ ਐਂ ਸੋਚ ਲਓ ਵੀ ਇਹ 25 ਕੁ ਦਿਨਾਂ ਦੀ ਪਨੀਰੀ ਲੱਗ ਜਾਂਦੀ ਆ। ਠੀਕ ਹੈ ਜੀ। 7ਵੇਂ ਦੀ 1 ਤੋਂ ਸਟਾਰਟ ਹੋ ਜਾਂਦੀ ਹੈ, ਚਾਹੇ 6ਵੇਂ ਦੀ 25 ਤੋਂ ਲਾ ਲਓ। ਠੀਕ ਹੈ ਬਾਈ। ਬਸ ਹਾਂ ਉੱਥੋਂ ਸਟਾਰਟ ਹੋ ਜਾਂਦੀ ਆ ਬਾਈ ਇਹ ਲੱਗਣ 'ਤੇ। ਹੁਣ ਆ ਬਈ ਮੇਰੀ ਲੱਗੀ ਹੋਈ ਆ ਇਹ 6ਵੇਂ ਦੀ 25 ਤਰੀਕ ਨੂੰ, 25 ਦਿਨਾਂ ਦੀ ਪਨੀਰੀ ਲੱਗੀ ਹੋਈ ਆ ਸਾਰੀ। ਤੇ ਬਾਈ ਇਹ ਜਿਵੇਂ ਤੁਸੀਂ ਤਾਂ ਹੁਣ ਲਾਉਂਦੇ ਨੂੰ, ਚਲੋ ਐਤਕੀ ਦੂਸਰਾ ਸਾਲ ਹੈ ਬਾਈ, ਪਹਿਲੇ ਸਾਲ ਇਹਨੇ ਇਹਦਾ ਕਿੰਨਾ ਝਾੜ ਨਿਕਲਿਆ ਦੀ ਸੋਮ? ਇਹਦਾ ਝਾੜ ਸੀ ਬਾਈ ਤੁਸੀਂ ਐਂ ਸੋਚ ਲਓ ਵੀ 80 ਤੋਂ ਲੈ ਕੇ 87 ਕੁ ਮਣ ਤੱਕ ਝੜਦੀ ਹੈ ਇਹ। ਠੀਕ ਹੈ ਜੀ। ਹਾਂ ਵਧੀਆ ਵਾਹਣ 'ਚ ਕੁਛ ਵੱਧ ਵੀ ਲਾ ਲਓ, ਕੋਈ ਵਿੱਚ ਬਾਈ ਕਹਿੰਦੇ ਨੇ 90 ਵੀ ਆ ਜਾਂਦੀ ਆ, ਪਰ ਆਪਣੀ ਇੱਥੇ ਕੁ ਤੱਕ ਝੜੀ ਆ ਬਾਈ ਇਹ। ਤੇ ਇੱਕ ਜਿਵੇਂ ਵੀ ਇਹ ਮਾੜੇ ਵਾਹਣ ਦੇ ਵਿੱਚ ਹੀ ਕਾਮਯਾਬ ਹੈ ਜਾਂ ਆਪਾਂ ਕਿਸੇ ਵੀ ਵਾਹਣ ਦੇ ਵਿੱਚ ਲਾ ਸਕਦੇ ਹਾਂ? ਇਹ ਬਾਈ ਦੇਖੋ ਵਧੀਆ ਵਰਾਇਟੀ ਹੈ ਇਹ, ਕੋਈ ਇਹੋ ਜਿਹੀ ਗੱਲ ਨਹੀਂ। ਮੇਰੇ ਆਹ ਵਾਹਣ ਹਜੇ ਜੀਰੀ ਲੱਗਦੇ ਨੂੰ ਕੁਛ ਸਾਲ ਹੋਏ ਨੇ। ਆਹ ਦੇਖ ਲਓ ਪਿੱਛੇ ਦਿਖਾ ਸਕਦੇ ਤੁਸੀਂ, ਟਿੱਬੇ ਨੇ ਪਿੱਛੇ ਆਪਣੇ, ਪਿੱਛੇ ਟਿੱਬੇ ਨੇ। ਹਾਂ ਟਿੱਬੇ ਨੇ, ਕੋਈ ਬਾਹਲਾ ਵਧੀਆ ਐਡਾ ਵਾਹਣ ਨਹੀਂ ਹੈਗਾ। ਹਾਂ ਵੀ ਜ਼ਿਆਦਾ ਕੋਈ ਨਹਿਰ ਦਾ ਪਾਣੀ ਨਹੀਂ ਪੈਂਦਾ ਇਹ 'ਚ, ਮੋਟਰ ਦੇ ਪਾਣੀ ਨਾਲ ਹੀ ਪੁੱਗ ਰਹੀ ਇਹ। ਵਧੀਆ ਦੇਖੋ ਕਾ ਹਾਈਟ ਹੂਟ ਵਧੀਆ ਹੈਗੀ, ਸਾਰਾ ਕੁਛ ਬਈ ਇਹਦਾ ਵਧੀਆ ਹੈਗਾ, ਜਿਸ ਤੱਕ ਆਪਾਂ ਕਹਿ ਸਕਦੇ ਹਾਂ ਜੀੜੀ 'ਚ ਕੋਈ ਫੋਕ ਫੂਕ ਨਹੀਂ। ਹਾਂ ਹਾਂ ਵਰਾਇਟੀ ਫਾਇਦੇ 'ਚ ਆ ਬਈ, ਫੋਕ ਫੂਕ ਨਹੀਂ ਹੈਗੀ ਇਹਦੇ ਵਿੱਚ, ਜੇ ਆਪਾਂ ਕਹੀਏ ਵੀ ਕੋਈ ਜ਼ਿਆਦਾ ਫੂਕ ਨਹੀਂ ਹੈਗੀ, ਵੀ ਨਹੀਂ ਦਾਣਾ ਉਹ ਹੋ ਜਾਂਦਾ ਨਿਸਰ ਦੀ ਵਧੀਆ। ਤੇ ਬਈ ਜਿਵੇਂ ਹੁਣ ਤੇਲੇ ਦਾ ਬਹੁਤ ਜ਼ਿਆਦਾ ਅਟੈਕ ਆ ਰਿਹਾ ਸੋਮ। ਹਾਂ ਹਾਂ। ਤੇ ਹੁਣ ਤੁਸੀਂ ਦੇਖ ਲਓ ਵੀ ਪੂਰਾ ਸੀਜ਼ਨ ਹੈਗਾ ਸਪਰੇਹਾਂ ਦਾ, ਕਿਸੇ ਨੇ 2 ਸਪਰੇਹਾਂ ਕਰਤੀਆਂ, ਕਿਸੇ ਨੇ 3 ਕਰਤੀਆਂ, ਮੰਨ ਲਓ ਕਿਸੇ ਨੇ 4-4 ਸਪਰੇਹਾਂ ਵੀ ਬਈ ਉਦੋਂ ਪਹਿਲਾਂ ਕਰ ਚੁੱਕੇ ਲੋਕ। ਕਰ ਚੁੱਕੇ ਨੇ ਬਈ। ਹਾਂ ਤੇ ਬਈ ਤੁਸੀਂ ਨੇ ਇਹਦੇ ਉੱਪਰ ਕਿੰਨੀਆਂ ਸਪਰੇਹਾਂ ਕਰੀਆਂ ਨੇ ਹੁਣ ਤੱਕ?
ਇਹਦੇ ਉੱਪਰ ਬਾਈ ਇੱਕ ਸਪਰੇਅ ਵੱਜੀ ਹੋਈ ਹੈਗੀ। ਠੀਕ ਹੈ ਜੀ। ਹਾਂ, ਜਿਹਦੇ ਵਿੱਚ ਆਪਾਂ ਇੱਕ ਤਾਂ ਸੁੰਡੀ ਦੇ ਅਟੈਕ ਵਾਲੀ, ਠੀਕ ਹੈ, ਤੇ ਇੱਕ ਤੇਲਾ ਹੋ ਗਿਆ, ਇੱਕ ਉੱਲੀ ਵਾਲੀ ਹੋ ਗਈ ਬਾਈ। ਉਹ ਬਾਈ ਆਪਾਂ ਨੇ ਕਿਹੜੀ ਕਿਹੜੀ ਦਵਾਈ ਮਾਰੀ ਇਸ ਦੇ ਉੱਪਰ? ਇਹਦੇ ਵਿੱਚ ਇੱਕ ਟਕੋਮੀ ਕਰੀ ਹੋਈ ਹੈ ਬਾਈ, ਟਾਟਾ ਦੀ। ਹਾਂ, ਟਾਟਾ ਦੀ ਇੱਕ ਪੈਕਸਲੋਨ ਕਰੀ ਹੋਈ ਹੈ ਬਾਈ। ਪੈਕਸਲੋਨ ਬਾਈ ਜਿਹੜੀ ਹੁਣ ਆਈ ਹੈ ਨਵੀਂ? ਹਾਂ, ਨਵੀਂ ਆਈ ਹੈ ਬਾਈ। ਮੈਂ ਉਹਨੂੰ ਵੀ ਵਰਤਦੇ ਨੂੰ ਮੈਨੂੰ ਦੋ ਤਿੰਨ ਤੀਜਾ ਸਾਲ ਆਈ ਦੀ। ਅੱਛਾ, ਪੈਕਸਲੋਨ। ਹਾਂ, ਤੇ ਇੱਕ ਕਰੀ ਆ ਬਾਈ ਗਲੀਲੀਓ ਬੇ। ਅੱਛਾ, ਜਿਹੜੀ ਡੂਪੋਂਟ। ਹਾਂ, ਡੂਪੋਂਟ ਦੀ। ਹਾਂ, ਬ੍ਰਾਂਡ ਆ ਬਾਈ। ਵਧੀਆ ਸਪਰੇਅਾਂ ਕਰਨੇ, ਪਰ ਇਹਨੂੰ ਹੁਣ ਕੋਈ ਲੋਡ ਨਹੀਂ ਬਾਈ ਸਪਰੇਅ ਦੀ। ਇਹਦੇ ਵਿੱਚ ਕੋਈ ਤੇਲਾ ਨਹੀਂ, ਕੋਈ ਉੱਲੀ ਨਹੀਂ, ਸਾਫ਼ ਪਈ ਆ ਬਾਈ। ਹਾਂ ਬਾਈ, ਦੱਸ ਰਹੀ ਹੈ ਬੱਲੀ। ਹਾਂ, ਆ ਤੁਸੀਂ ਜੜ, ਤੁਸੀਂ ਜੜ ਦਿਖਾ ਸਕਦੇ ਹੋ ਬਾਈਆਂ ਨੂੰ ਬਾਈ। ਹਾਂ, ਜੜ ਵੀ ਬਹੁਤ ਵਧੀਆ ਪਈ ਹੈ ਜੜ, ਹੈ ਨਾ? ਹਾਂ, ਸਾਫ਼ ਆ ਗਈ, ਕੋਈ ਇਹੋ ਜੀ ਗੱਲ ਨਹੀਂ। ਸਪਰੇਅ ਕਰੀ ਨੂੰ ਬਾਈ ਸੋਮ ਆਪਾਂ ਨੂੰ ਇਹਦੇ ਕਿੰਨਾ ਟਾਈਮ ਹੋ ਗਿਆ? ਇਹਦੇ ਸਪਰੇਅ ਕਰੀ ਨੂੰ ਅੱਜ ਬਾਈ 20 ਦਿਨ ਹੋ ਗਏ ਪੂਰੇ। ਠੀਕ ਹੈ, 20 ਦਿਨ ਹੋ ਗਏ। ਹਾਂ, 20 ਦਿਨ ਹੋ ਗਏ ਅੱਜ। ਇਸ ਤੋਂ ਬਾਅਦ ਬਾਈ ਆਪਾਂ ਨੇ ਕੋਈ ਇਹਦੇ ਸਪਰੇਅ ਕਰਨੀ ਹੈ ਜਾਂ ਕਿਵੇਂ? ਨਾ ਬਾਈ, ਕੋਈ ਸਪਰੇਅ ਦਾ ਹੈ ਹੀ ਨਹੀਂ ਕੋਈ ਟੈਗ ਬਾਈ। ਸਪਰੇਅ ਤਾਂ ਕੋਈ ਲੋਡ ਨਹੀਂ ਇਹਨੂੰ ਹੋਰ। ਠੀਕ ਹੈ, ਤਕਰੀਬਨ। ਹਾਂ, ਕੋਈ ਤੇਲਾ ਨਹੀਂ, ਕੁਛ ਨਹੀਂ। ਦੇਖਣ ਨੂੰ ਬਾਈ ਬੱਲੀ ਅੱਧੀ ਅੱਧੀ, ਬਸ ਥੋੜੀ ਥੋੜੀ ਪਕਾ ਹੋ ਰਿਹਾ ਥੋੜੂ। ਜੀਰੀ ਕੋਈ ਉਹ 'ਚ ਉਹ ਨਹੀਂ ਹੈਗਾ, ਅੱਜ ਦੀ ਘੜੀ ਸਾਫ਼ ਪਈ ਆ ਜੀਰੀ ਸਾਰੀ ਯਾਰ। ਕਿੰਨੇ ਟਾਈਮ ਤੱਕ ਆ ਜੂਗੀ ਬਾਈ ਪੱਕ ਕੇ ਇਹ? ਹੁਣ ਇਹ ਲਾ ਲਓ ਬਾਈ ਆਪਣਾ 25 ਕੁ ਦਿਨਾਂ ਦਾ, 25 30 ਕੁ ਦਿਨਾਂ ਤੱਕ ਬਾਈ ਵੱਢਣ ਦੇ ਯੋਗ ਆ ਗਈ। ਠੀਕ ਹੈ ਜੀ। ਹਾਂ, ਤੇ ਇਹਦੀ ਬਾਈ ਜਿਵੇਂ ਇਹ ਵੈਰਾਈਟੀ ਆ ਗਈ ਸੁਪਰੀਮ, ਇਹਦੀ ਖਾਸੀਅਤ ਕੀ ਹੈ ਵੀ ਤੁਸੀਂ ਇਹਨੂੰ ਪਸੰਦ ਕਰਿਆ ਲਾਉਣ ਵਾਸਤੇ? ਇਹਦੀ ਖਾਸੀਅਤ ਬਾਈ ਜਿੰਦਰ ਐ ਆ, ਦੇਖ ਹੁਣ ਯਾਰ ਵੀ ਆਪਾਂ ਕੋਈ ਵੀ ਵੈਰਾਈਟੀ ਲਾਉਣੇ, ਹੁਣ ਜਿਵੇਂ ਪੁਰਾਣੀਆਂ ਵੈਰਾਈਟੀਆਂ ਹੋ ਗਈਆਂ ਜਿਵੇਂ ਪੂਸ਼ਾ ਹੋ ਗਈ, ਤੇ 744 ਹੋ ਗਈ, ਜਿਹੜੇ ਲੰਮੇ ਟਾਈਮ ਵਾਲੀਆਂ ਵਰਾਇਟੀਆਂ ਨੇ, ਉਹ ਆਪਾਂ ਲਾਉਣੇ ਆਗੇ। ਉਹ ਵਰਾਇਟੀਆਂ ਦੇ ਵਿੱਚ ਕੀ, ਇੱਕ ਤਾਂ ਯੂਰੀਆ ਆਪਾਂ 4-4, 5-5 ਗੱਟੇ ਪਾਉਂਦੇ ਹਾਂ ਬਾਈ। ਹਾਂ, ਤੇ ਹੁਣ ਜਿਵੇਂ ਇਹ ਵਰਾਇਟੀ ਆ, ਇਹਦੇ ਵਿੱਚ ਸਿਰਫ 2 ਗੱਟੇ ਯੂਰੀਏ ਦੇ ਪਏ ਹੋਏ ਨੇ ਬਾਈ। ਠੀਕ ਹੈ ਜੀ। ਹਾਂ, ਸਿਰਫ 2 ਗੱਟੇ ਯੂਰੀਏ ਦੇ ਪਏ ਹੋਏ ਨੇ ਇਹਦੇ ਵਿੱਚ। ਇਹ ਤੇ ਇੱਕ ਸਪਰੇਅ ਹੋਈ, ਇਹਦੇ ਵਿੱਚ ਖਰਚਾ ਬਹੁਤ ਘੱਟ ਹੈਗਾ। ਠੀਕ ਹੈ ਜੀ। ਤੇ ਇੱਕ ਆਪਣਾ ਟਾਈਮ ਦੇਖ ਲਓ ਬਾਈ, ਇਹਦਾ ਟਾਈਮ ਘੱਟ ਲੂਗੀ ਉਹਦੇ ਨਾਲੋਂ। ਗੇਤੀ ਜਿਵੇਂ ਆਪਾਂ ਕਣਕ ਬੀਜ ਸਕਦੇ ਹਾਂ ਨਾ, ਕੋਈ ਹੋਰ ਫਸਲ ਲਾ ਸਕਦੇ ਹਾਂ। ਬਾਕੀ ਵਰਾਇਟੀ ਦਾ ਬਈ ਖਾਸੀਅਤ ਇਹਦੀ ਇਹ ਲੱਗੀ ਵੀ ਪਾਣੀ ਦੀ ਬਚਤ ਆ। ਪਾਣੀ ਦੀ ਬਹੁਤ ਬਚਤ ਆ ਬਈ। ਪਾਣੀ ਦਾ ਘੱਟੋ ਘੱਟ ਆਪਣਾ 20 ਕੁ ਦਿਨ ਲੇਟ ਲੱਗਦੀ ਉਹਦੇ ਨੂੰ, ਆ ਉਹਦੇ ਨਾਲ ਜਾਂਦੀ ਹੈਗੀ। ਪਾਣੀ ਦੀ ਵਧੀਆ ਬਈ ਬਚਤ ਆ ਗਈ, ਸਾਫ਼ ਜੀਰੀ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਇਹਦੇ ਵਿੱਚ ਮੈਨੂੰ ਵਧੀਆ ਲੱਗੀ ਬਈ ਵਰਾਇਟੀ ਇਹ ਸੁਪਰੀਮ 110। ਕੁੱਲ ਮਿਲਾ ਕੇ ਇਹਦਾ ਖਰਚਾ ਘੱਟ ਹੈਗਾ, ਝਾੜ ਝੂੜ ਵਧੀਆ ਆਉਂਦਾ ਹੈਗਾ, ਵਰਾਇਟੀ ਵਧੀਆ ਲੱਗੀ ਬਈ। ਜ਼ਿਮੀਂਦਾਰ ਦੇ ਹੱਕ ਦੀ ਆ ਇਹ ਵਰਾਇਟੀ। ਤੇ ਫਿਰ ਹੁਣ ਤੁਸੀਂ ਕਿਸਾਨਾਂ ਨੂੰ, ਬਾਈਆਂ ਨੂੰ ਆਪਣੀ ਕੀ ਸੇਧ ਦੇਣ ਚਾਹੋਗੇ ਵੀ ਵਧੀਆ ਵਰਾਇਟੀ ਹੈ ਫਿਰ ਤਾਂ? ਦੇਖੋ ਬਾਈ, ਬਹੁਤ ਫਾਇਦਾ ਹੈਗਾ। ਹਾਂ, ਵਰਾਇਟੀਆਂ ਦਾ ਬਈ ਦੇਖੋ, ਜ਼ਿਮੀਂਦਾਰ ਨੂੰ ਆਪਣੇ ਯੂਨੀਵਰਸਿਟੀ ਵਾਲੇ ਵੀ ਬਹੁਤ ਕਹਿ ਰਹੇ ਨੇ ਵੀ ਵਰਾਇਟੀਆਂ ਘੱਟ ਸਮੇਂ ਨੇ ਲਓ, ਪਾਣੀ ਦੀ ਬਚਤ ਕਰੋ। ਹੁਣ ਜਿਵੇਂ ਘੱਟ ਸਮੇਂ ਵਾਲੀ 26 ਹੋ ਗਈ ਬਾਈ। ਹਾਂਜੀ ਹਾਂਜੀ, 26 ਹੋ ਗਈ, ਤੇ ਇਹ ਹੋ ਗਈ ਜਾਂ ਕੋਈ ਜਿਵੇਂ ਵਰਾਇਟੀਆਂ 1509 ਵੀ, ਨਾਲੇ ਤਾਂ ਪਾਣੀ ਦੀ ਬਚਤ ਆ ਬਈ ਇਹਨਾਂ 'ਚ। ਠੀਕ ਹੈ ਜੀ। ਹਾਂ, ਤੇ ਆਪਾਂ ਕੁੱਲ ਮਿਲਾ ਕੇ ਸਕਦੇ ਵੀ ਫਾਇਦੇ ਦੀ ਆ। ਬਾਕੀ ਜ਼ਿਮੀਂਦਾਰਾਂ ਨੂੰ ਵੀ ਬਈ ਆਪਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਵਰਾਇਟੀ ਲਓ ਜਿਹੜੀ ਘੱਟ ਸਮੇਂ ਵਾਸਤੇ, ਨਾਲੇ ਪਾਣੀ ਬਚੇ, ਨਾਲੇ ਖਰਚਾ ਬਚੇ, ਨਾਲੇ ਮੁਨਾਫਾ ਆਪਾਂ ਨੂੰ ਵੱਧ ਮਿਲੇ ਬਈ। ਇਹ ਹੁਣ ਬਾਈ ਉਸਨੇ ਸਾਰੀ ਸੁਪਰੀਮ ਹੀ ਲਾਈ ਹੈ ਜਾਂ ਕੋਈ ਹੋਰ ਕੋਈ ਵਰਾਇਟੀ ਵੀ ਲਾਈ ਹੈ? ਬਈ ਆਪਣੇ ਲਵੇ 10 ਕਿੱਲੇ ਸੁਪਰੀਮ ਦੇ ਨੇ, ਤੇ 15 ਕਿੱਲੇ 26 ਦੇ ਨੇ। ਹਾਂ, PR 126 ਉਹ ਵਰਾਇਟੀ ਵੀ ਵਧੀਆ ਬਈ, ਦਿਖਾ ਦਿਓ ਜਿੰਦਰ ਆ ਮਾਰ ਕੇ। 26 ਨਿਸਰ ਰਹੀ ਆ ਹੁਣ, ਬਹੁਤ ਸਾਫ਼ ਵਰਾਇਟੀ ਆ, ਖਰਚਾ ਖੁਰਚਾ ਇਹਦਾ ਬਹੁਤ ਘੱਟ ਹੈਗਾ। 26 ਬਾਈ ਬਹੁਤ ਵਧੀਆ ਚੀਜ਼ ਹੈ ਨਾ? ਹਾਂ, ਇਹ ਐਂ ਆ ਵੀ ਜਿਵੇਂ ਪਛੇਤੀਆਂ ਵਰਾਇਟੀਆਂ ਲਾਈਆਂ ਹੋਈਆਂ ਨੇਗੀਆਂ। ਹਾਂ, ਇਹ ਐਂ ਆ ਵੀ ਜਿਵੇਂ ਜ਼ਿਮੀਂਦਾਰ ਲਵੇ ਵਾਹਣ ਵੱਧ ਹੁੰਦਾ ਗਾ ਆਪਾਂ ਖੇਤੀ ਕਰਦੇ ਹਾਂਗੇ, ਇਕੱਠਾ ਉਹਨਾਂ ਤੋਂ ਕਵਰ ਨਹੀਂ ਹੁੰਦਾ ਵੀ ਲੱਗਦੀ ਨਹੀਂ ਜੀਰੀ, ਕਿਉਂਕਿ ਜੀਰੀ ਦਾ ਕੰਮ ਪ੍ਰੋਸੈਸ ਵੱਡਾ ਆ ਜਾਂਦਾ ਗਾ। ਤੇ ਜਿਵੇਂ ਗੇਤੀ ਕੁਸ਼ਕ ਇਹ ਲਾ ਲੇ ਬਈ, ਜਿਵੇਂ ਆਪਾਂ ਨੂੰ ਊਸ਼ਾ ਆਸ਼ਾ 'ਚੋਂ ਨਿਕਲਣਾ ਪੈਣਾ ਬਈ, ਨਾਲੇ ਪਾਣੀ ਦੀ ਬਚਤ, ਨਾਲੇ ਖਰਚੇ ਘੱਟ। ਹੁਣ ਸਪਰੇਹਾਂ ਮੂੰਹੇ ਦੇਖ ਲਓ ਬਈ, ਊਸ਼ਾ ਦੇ ਘੱਟੋ ਘੱਟ 3-3, 4-4 ਸਪਰੇਹਾਂ ਹੋ ਰਹੀਆਂ ਨੇ, ਹਜੇ ਫੇਰ ਨਹੀਂ ਤੇਲਾ ਸਾਂਭ ਰਿਹਾ, ਤੇਲੇ ਦਾ ਅਟੈਕ ਬਹੁਤ ਆ। ਹਾਂ, ਹੋਰ ਵੀ ਕਰਨੀ ਪੈ ਸਕਦੀ ਆ, ਵਿੱਚ ਬੰਦੇ 4-4 ਸਪਰੇਹਾਂ ਕਰੀ ਬੈਠੇ ਨੇ, ਤੇਲਾ ਫੇਰ ਵੀ ਨਹੀਂ ਮਰ ਰਿਹਾ। ਜਿਹੜੀ ਤੇ ਖਾਸੀਅਤ ਹੈ ਜੀ, ਉੱਲੀ ਤੇ ਤੇਲਾ ਤਾਂ ਆਉਂਦੀ ਨਹੀਂ ਬਾਈ। ਠੀਕ ਹੈ ਜੀ। ਹਾਂ, ਸੁੰਡੀ ਦਾ ਥੋੜਾ ਅਟੈਕ ਹੈਗਾ। ਵਰਾਇਟੀ ਵਧੀਆ ਲੱਗੀ ਬਾਈ। ਦੇਖੋ ਬਾਕੀ ਦਾ ਕਿਸੇ ਦੇ ਖੇਤ 'ਚ ਕੀ ਰਿਜ਼ਲਟ ਮਿਲਦਾ, ਕਿਸੇ ਦੇ ਖੇਤ 'ਚ ਕੀ ਮਿਲਦਾ। ਹਾਂ, ਮੌਸਮ ਦੇ ਡਿਪੈਂਡ ਆ, ਦੇਖੋ ਝਾੜ ਝੂੜ ਨਿਕਲਣਾ ਸਭ ਮੌਸਮ ਦੇ ਡਿਪੈਂਡ ਆ ਗਏ। ਜਿਵੇਂ ਇਸ ਸਾਲ ਇੰਨਾ ਜ਼ਿਆਦਾ ਅਟੈਕ ਹੈਗਾ, ਵਾਇਰਸ ਹੈ, ਫਿਰ ਵੀ ਝੋਨਾ 1 ਨੰਬਰ ਖੜਾ, ਜਮਾ ਵਧੀਆ ਹੈ। ਹਾਂ, ਵਧੀਆ ਬਾਈ, ਨਾਲੇ ਇੱਕ ਸਿਆਰ ਖੜਾ ਹੈਗਾ, ਕੋਈ ਇਹ ਤਾਂ ਯੂਰੀਆ ਸਿਰਫ 2 ਬੋਰੀਆਂ ਬਾਈ, ਖੇਚਲਾ ਕਿੰਨੀ ਘੱਟਦੀ ਹੈ ਲੇਬਰ ਦੀ। ਹਾਂ, ਬਾਕੀ ਖੜਾ ਵੀ ਸਾਰ ਹੈ ਬਾਈ, ਕੋਈ ਹਾਂ ਕੋਈ ਉਹ ਨਹੀਂ ਹੈਗਾ ਬਾਈ। ਠੀਕ ਹੈ, ਫਿਰ ਤਾਂ ਵੀ ਕਿਸਾਨਾਂ ਵਾਸਤੇ ਵਧੀਆ ਹੀ ਲਾਇਆ ਕਰਨਾ। ਹਾਂ, ਵਧੀਆ ਵੀ ਆ ਬਈ, ਸੁਪਰੀਮ 110। ਠੀਕ ਹੈ ਬਾਈ ਜੀ। ਹਾਂ ਠੀਕ ਹੈ ਜੀ, ਓਕੇ ਬਾਈ।